ਸ੍ਰੀ ਗੁਰੂ ਰਵਿਦਾਸ ਮੰਦਿਰ ਕਟੜਾ ਮੁਹੱਲਾ ਬਸਤੀ ਦਾਨਿਸ਼ਮੰਦ ਦਾ ਜਲੰਧਰ ਵਿੱਚ ਸੰਕ੍ਰਾਂਤੀ ਕਾ ਤਿਉਹਾਰ ਬੜੀ ਹੀ ਸ਼ਰਧਾ ਭਾਵ ਸੇ ਮਨਾਇਆ ਗਿਆ। ਇਸ ਮੌਕੇ ਪਰ ਪਾਠੀ ਚਮਨ ਲਾਲ ਨੇ ਅੰਮ੍ਰਿਤ ਵਾਣੀ ਕਾ ਪਾਠ ਕਰ ਉਪਸਥਿਤ ਭਕਤੋਂ ਕੋ ਨਿਹਾਲ ਕੀਆ। ਇਸ ਅਵਸਰ ਪਰ ਮੰਦਿਰ ਕਮੇਟੀ ਕੇ ਪ੍ਰਧਾਨ ਮਦਨ ਲਾਲ ਖਿੰਦਰ, ਚੇਅਰਮੈਨ ਚੌਧਰੀ ਪਰਸਰਮ, ਉਪ ਪ੍ਰਧਾਨ ਰਾਕੇਸ਼ ਲੋਚ, ਮਹੇਸ਼ ਸ਼ੰਗਰਾਲ, ਪ੍ਰਦੀਪ ਥਾਪਾ, ਸਤਪਾਲ ਪਾਲਾ, ਸਵਨ ਯਾਦਵ, ਪਵਨ ਯਾਦਵ, ਮਦਨ ਲਾਲ ਵਸਨ, ਅਮਰਨਾਥ ਭੰਡਾਰੀ, ਓਮ ਪ੍ਰਕਾਸ਼ ਲੋਚ, ਬਲਬੀਰ ਲੋਚ, ਸੁਭਾਸ਼ ਭਗਤ, ਪਾਠੀ ਗੁਰਦਿਆਲ, ਸੌਰਵ ਵਸਨ, ਰਮੇਸ਼ ਚੱਕੀ, ਅਸ਼ੋਕ ਥਾਪਾ, ਕਮਲ ਲੋਚ, ਸਤਰੀ ਸਤਸੰਗ ਸਭਾ ਕੇ ਪ੍ਰਧਾਨ ਦਿਆਵੰਤੀ ਕ੍ਰਿਸ਼ਨਾ ਦੇਈ, ਸ਼ੋਭਾ ਮੀਨੀਆ, ਬੇਬੀ ਡਾਲੀਆ, ਰਾਜਰਾਣੀ ਕਿੰਦਰ, ਗਿਆਨਵ ਦੇਈ, ਰਾਣੀ ਲੋਚ, ਗੌਰਵ ਦੇਈ, ਅਰਨਾ ਲੋਚ, ਸ਼ੀਤਲ ਵਸਨ, ਊਸ਼ਾ ਰਾਣੀ, ਸੁਮਨ ਲੋਚ, ਬੱਬੋ ਸਹਿਤ ਅਨਯ ਭਕਤਜਨ ਵੀ ਉਪਸਥਿਤ ਰਹੇ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਸੁਰਿੰਦਰ ਬਾਬਾ ਕੀ ਰਿਪੋਰਟ। ਗੁਰੂ ਗ੍ਰੰਥ ਸਾਹਿਬ ਸਿੰਘ ਜੀ, ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ। ਸਾਰੀਆਂ ਹੀ ਸੰਗਤਾਂ ਸਤਿਗੁਰ ਰਵਿਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਵਾਸਤੇ ਪਹੁੰਚੀਆਂ ਹਨ, ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਪਹੁੰਚੀਆਂ ਹਨ। ਸੋ ਗੁਰੂ ਪਿਆਰੇ ਸਾਧ ਸੰਗਤ ਜੀ, ਹਰ ਮਹੀਨੇ ਦੀ ਸੰਗਰਾਂਦ ਜਿਹੜੀ ਹੈ ਗੁਰੂ ਘਰ ਦੇ ਵਿੱਚ ਆਪ ਸਾਹਿਬ ਜੀ ਦੇ ਸਹਿਯੋਗ ਦੇ ਨਾਲ ਮਨਾਈ ਜਾਂਦੀ ਹੈ, ਕਿਉਂਕਿ ਸਾਡੇ ਪ੍ਰਧਾਨ ਮਦਨ ਲਾਲ ਖਿੰਦਰ ਜੀ ਔਰ ਚੇਅਰਮੈਨ ਚੌਧਰੀ ਪਰਸਰਾਮ ਜੀ ਅਤੇ ਪੂਰੀ ਟੀਮ ਨੇ ਫੈਸਲਾ ਕੀਤਾ ਸੀ ਕਿ ਸੰਗਰਾਂਦ ਜਿਹੜੀ ਹੈ ਹਰ ਮਹੀਨੇ ਗੁਰੂ ਘਰ ਦੇ ਵਿੱਚ ਮਨਾਈ ਜਾਵੇਗੀ। ਸੋ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ। ਅੱਜ ਸੰਗਰਾਂਦ ਦੇ ਉਪਲਕਸ਼ ਵਿੱਚ ਮਹੀਨੇ ਦਾ ਨਾਂ ਸਾਡੇ ਗੁਰੂ ਘਰ ਦੇ ਪਾਠੀ ਚਮਨ ਲਾਲ ਜੀ ਉਗਰਾਲ, ਉਹਨਾਂ ਨੇ ਸਾਉਣ ਮਹੀਨਾ ਜਿੱਦਾਂ ਦੱਸਿਆ ਹੈ ਕਿ ਅੱਜ ਸਾਵਣ ਮਹੀਨੇ ਦੀ ਸ਼ੁਰੂਆਤ ਹੋਈ ਹੈ, ਉਹਨਾਂ ਨੇ ਬਾਣੀ ਦੇ ਵਿੱਚੋਂ ਸ਼ਬਦ ਲੈ ਕੇ ਅੱਜ ਦਾ ਸਤਸੰਗ ਸਾਰੀ ਸੰਗਤ ਨੂੰ ਸਰਵਣ ਕਰਾਇਆ।